ਰਮ ਜੀ ਸਾਰਿਆਂ ਨੇ ਕਾਲ ਮਰੀ ਬੇਬੇ ਸੈਂਡਲ ਗਠਵਾ ਗਰਾਇਆ ਤਾਂ ਦੇਖਿਆ ਮੇਰੀ ਬੇਟੀ ਅੱਗੇ ਬੈਠੀ ਦੀ ਮੈਨੂੰ ਜਾ ਕੇ ਉਸ ਸਾਰੇ ਕੇਲੇ ਪਕੜਾ ਦिए ਮੋਲੀ ਬਾਪਾ ਇੱਕ ਕੇਲਾ ਛੋਲ ਕੇ ਦੇ ਦੇ ਖਾਉਂਗੀ ਮੈਨੂੰ ਸ਼ਾਇਦ ਦੇ ਸੇ ਕੇਲਾ ਪਕੜਾ ਦਿਆ ਉਸ ਤੇ ਜੀ ਵਲਪਰ ਕਹਿੰਦਾ ਸਾਰੇ ਕੇਲੇ ਨੇ ਖਾ ਗਈ ਉਸਕੇ ਫੇਵਰਟ ਹੈ ਕੇਲੇ ਆਪਣੀ ਬੂਆ ਦਾ ਚਸ਼ਮਾ ਰੋ ਬੈਗ ਟਾਂਗਾ ਕਤੀ ਮਾਚੀ ਮਾਚੀ ਆਣ ਲਈ ਇਤਨੀ ਪੈਰੀ ਲੱਗ ਗਈ ਮੇਰੀ ਬੇਟੀ ਥੋੜੀ ਵਾਰ ਮੈਂ ਸੋਚਿਆ ਹਾਂ ਮੇਰੀ ਮਾਂ ਤਾਂ ਬਾਏ ਬੋਲ ਕੇ ਰੈਡੀ ਸ਼ੈਡੀ ਹੋ ਗਈ ਲਿਕੜ ਜਾਏ ਸ੍ਰੀ ਦੇਵੀ ਕੋ ਬੱਦ ਕਾਲੀ ਮੰਦਿਰ ਵਾ ਪਹੁੰਚ ਕੇ ਦੇਖਾਈ ਹੋਈ ਸ਼ਾਲ ਸ਼ਕਤੀ ਦਵਾਰ ਜੋ ਕਿ ਬਹੁਤ ਬੜਾ ਥਾ ਮੇਨ ਗੇਟ ਮੈਂਟਰੀ ਲੈ ਗਿਆ ਪਰ ਕਿ ਮੈਂ ਗੱਡੀ ਲਾਗਾ ਆਪਣੇ ਚੱਪਲ ਉੱਤੇ ਛੋੜ ਕੇ ਅਮਲੀ ਕਰ ਲੈ ਮੰਦਿਰ ਕਹਿੰਨਾ ਯਾ ਦੇਖਾ ਸਕੂਲਾ ਇਹ ਗਣੇ ਵਾਲੇ ਘਰੇ ਦੇ ਘਿਆੜੇ ਦਾ ਅੰਮ੍ਰਿਤ ਪ੍ਰਸ਼ਾਦ ਲੈ ਜਗ੍ਹਾ ਲਾਗ ਲੈਵਾ ਲੈਣ ਵਾਸਤੇ ਮੈਂ ਪਹਿਲਾਂ ਆਮ ਜਾਵਾ ਸ਼ਿਵ ਜੀ ਬਾਰੇ ਮੰਦਿਰ ਮੈਂ ਪੂਰਾ ਸ਼ਿਵਲਿੰਗ ਬਜਲ ਚੜਾਉਂ ਹਰ ਜੁੱਕ ਕੇ ਬਾਹਰ ਲਿਗੜਾ ਹੈ ਯਾੜਾ ਇੱਕ ਚੀਜ਼ ਬਹੁਤ ਬੜੀ ਅਲੱਗ ਹੀ ਭਾਈ ਜੁੱਕ ਕੇ ਤਾਂ ਮੰਦਿਰ ਮੈਂ ਐਂਟਰੀ ਲੋ ਜੁੱਕ ਕੇ ਬਾਹਰ ਲਿਗੜਾ ਯਾੜਾ ਆਦਮੀ ਆ ਗਮਨ ਟੁੱਟਾ ਇਸ ਗੁਫਾ ਮੈਂ ਘੁਸ ਜਾ ਹਮ ਯਾਦ ਆਮ ਬਾਹਰ ਲਿਗੜਾ ਸ਼ੇਰ ਕੇ ਮੂੰਹ ਆਦਾ ਜੋ ਕਿ ਬਹੁਤ ਬੜੀ ਅਲੱਗ ਹੈ ਕਾਫੀ ਸਾਰੀ ਜਾ ਗਿਆ ਦੇਖਾ ਹੈ ਮੰਦਿਰ ਮੈਂ ਫਿਰ ਮਾਤਾ ਰਾਣੀ ਕਾ ਆਇਓ ਸਈਆ ਦੇਖਾ ਹੈ ਇੱਕ ਸ਼ੇਰ ਸ਼ੀ ਰਖਵਾਲੀ ਕਰਾ ਹੈ ਨਕਲੀ ਕਾ ਚੱਕਰ ਵੀ ਬਣਾ ਰੱਖਿਆ ਦਾ ਇਸ ਨਾਮ ਥੋੜੀ ਵਾਰ ਮੈਂ ਤੋੜ ਦੇਵਾ ਹੈ ਧੜੇ ਲਖਾ ਕੇ ਦੇਖੂ ਤਾਂ ਗਣੀਏ ਭੀੜ ਹੋ ਰਹੀ ਥੀ ਗਣੇਸ਼ਰ ਦਲ ਵਾਲੇ ਇਤਿਹਾਸ ਸ਼ਨੀਵਾਰ ਦਾ ਸ਼ਨੀਵਾਰ ਨਾਲ ਗਣੀਏ ਭੀੜ ਹੋਇਆ ਕਰਾ ਹੈ ਹਨੂਮਾਨ ਜੀ ਦੇ ਦਰਸ਼ਨ ਕਰਾ ਹੈ ਮਾਤਾ ਸ਼ੇਰ ਵਾਲੀ ਦੇ ਦਰਸ਼ਨ ਕਰਾ ਹੈ ਥੋੜੀ ਵਾਰ ਮੈਂ ਮਾਤਾ ਸਰਸ ਦਰਸ਼ਨ ਕਰਾਇਆ ਫਿਰ ਹਮ ਪਹੁੰਚ ਜਾਵਾਂ ਹਾਂ ਅੱਗੇ ਉਹਦੇ ਦੇਖਿਆ ਹੈ ਨਗਰ ਕੀਰਤਨ ਚੱਲ ਰਿਹਾ ਥਾ ਮਾਤਾ ਰਾਣੀ ਇਹ ਫਾਈਨਲੀ ਹਮਨ ਦਰਸ਼ਨ ਹੋਇਆ ਹੈ ਚੌਕੀ ਦੇ ਲਾਈਨ ਮੇ ਲੱਗਣ ਕੇ ਬਾਅਦ ਫਿਰ ਹਮ ਚਲੇ ਜਾਂਦੇ ਹਾਂ ਸ਼੍ਰੀ ਰਾਮ ਜੀ ਦੇ ਦਰਸ਼ਨ ਕਰਨ ਲਈ ਸ਼੍ਰੀ ਵਿਸ਼ਨੂੰ ਭਗਵਾਨ ਕੇ ਸ਼੍ਰੀ ਰਾਧਾ ਕ੍ਰਿਸ਼ਨ ਜੀ ਸ਼੍ਰੀ ਸ਼ਿਵ ਜੀ ਭਗਵਾਨ ਜੀ ਦੇ ਦਰਸ਼ਨ ਕਰਕੇ ਹਮ ਲਿਖੜ ਜਾਂਦੇ ਹਾਂ ਨਾਰੀਅਲ ਲੈ ਕੇ ਨਾਰੀਅਲ ਚੜਾਣੇ ਕੇ ਲਈ ਮਾਤਾ ਰਾਣੀ ਅੱਜ ਕਰ ਲਗਾ ਕੇ ਨਾਰੀਅਲ ਚੜਾ ਦੇਵਾਂ ਹਮ ਫਿਰ ਸ਼ਨੀ ਦੇਵ ਭਗਵਾਨ ਪਰ ਤੇਲ ਚੜਾ ਦੇਵਾਂ ਹੈ ਫਾਈਨਲੀ ਹਮ ਦਰਸ਼ਨ ਕਰਾਇਆ ਮਾਤਾ ਰਾਣੀ ਕੇ ਦਾਹਿਨੇ ਪੈਰ ਕੇ ਟਕਣੇ ਕੇ ਉਹਦਾ ਦਰਸ਼ਨ ਕਰਕੇ ਹਮ ਲਿਖੜਾ ਹਾਂ ਬਾਹਰ ਚੌਕੀ ਸਾਰੀ ਫੋਟੋ ਖਿਚਵਾ ਕੇ ਹਮ ਲਿਖੜ ਜਾ ਆਪਣੇ ਘਰਾਂ ਬੋਲ ਸੱਚੇ ਦਰਬਾਰ ਕੀ ਜੈ